가 감사 많이 드립니다. कल कुछ ਲੋਕਾਂ ਨੂੰ ਮੈਸੇਜ ਗਿਆ ਸੀ ਜਿਹੜੇ ਆ ਸਾਡੇ ਮੰਤਰੀ ਜੀ ਨੇ ਅਜੇ ਮਿਸ਼ਰ ਟੈਨੀ ਕਈਆਂ ਲੋਕਾਂ ਦੇ ਘਰਾਂ 'ਚ ਸਾਡੇ ਵੀ ਕੱਲ ਨੂੰ ਮਿਸ਼ਰਾ ਜੀ ਇੱਥੇ ਆ ਰਹੇ ਨੇ ਤੇ ਆਪ ਜੀ ਉਹਨਾਂ ਨੂੰ ਆ ਕੇ ਮਿਲੋ ਉਹਨਾਂ ਤੁਹਾਡੀ ਇੱਕ ਮੀਟਿੰਗ ਸੱਦੀ ਹੈ ਸਿੱਖਾਂ ਦੀ ਉਹਦੇ ਵਾਸਤੇ ਕੱਲ ਫਿਰ ਇੱਕ ਦੂਜੇ ਨਾਲ ਸਾਰਿਆਂ ਸਲਾਹ ਕੀਤੀ ਤੇ ਅੱਜ ਦੀ ਆਪਣੇ ਪਰਿਵਾਰ ਦੀ ਸਿੱਖ ਸਮਾਜ ਦੀ ਇੱਕ ਮੀਟਿੰਗ ਇੱਥੇ ਤਕੋਨੀਆ ਗੁਰਦੁਆਰੇ ਸਾਹਿਬ ਰੱਖੀ ਗਈ ਹੈ ਜਿਹਦੇ ਵਿੱਚ ਨਿਗਾਸਨ ਤਹਿਸੀਲ ਦੇ ਹਰ ਪਾਸਿਓਂ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਇਸ ਚੀਜ਼ ਦੇ ਉੱਤੇ ਵਿਚਾਰ ਕੀਤਾ ਗਿਆ ਹੈ ਵੀ ਕੱਲ੍ਹ ਤਾਂ ਹਾਲੀ ਇੱਕ ਮਹੀਨਾ ਪੂਰਾ ਹੋਣਾ ਹੈ ਸਾਡੇ ਪਰਿਵਾਰ ਦੇ ਇੰਨੇ ਜੀਆਂ ਨੂੰ ਗਿਆ ਹੋਇਆ ਹਾਲੀ ਸਿਵੇ ਵੀ ਠੰਡੇ ਨਹੀਂ ਹੋਏ ਅਤੇ ਸਾਨੂੰ ਜਿਹੜਾ ਹੈ ਕਿਸੇ ਨਾ ਕਿਸੇ ਮੈਟਰ ਦੇ ਵਿੱਚ ਇਹ ਸੱਦ ਕੇ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ ਅਤੇ ਸਾਰਿਆਂ ਨੇ ਇੱਕ ਮਤਾ ਸਾਂਝਾ ਪਾਸ ਕੀਤਾ ਵੀ ਸਾਡੇ ਵਿੱਚੋਂ ਕੋਈ ਵੀ ਜੀ ਉਹਦੇ ਘਰ ਨਹੀਂ ਜਾਏਗਾ ਉਹਦੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ ਹੁਣ ਬੜੇ ਲੋਕਾਂ ਨੂੰ ਉਹ ਧਾਨ ਵੇਚਣ ਦੇ ਬਹਾਨੇ ਵੀ ਸੱਦੇਗਾ ਵੀ ਤੇਰਾ ਧਾਨ ਮੈਂ ਖਰੀਦ ਲਾਂਗਾ ਤੈਨੂੰ 50-100 ਰੁਪਏ ਉੱਤੇ ਦੇ ਦਿਆਂਗੇ ਉਹ ਭਰਾਵੋ ਸਾਡੇ ਜਿਹੜੇ ਘਰਾਂ 'ਚੋਂ ਜੀ ਚਲੇ ਗਏ ਨੇ ਉਹਨਾਂ ਦਾ ਮੁੱਲ ਅਗਰ 100-200 ਤੋਂ ਸਾ ਪਾਉਣਾ ਤਾਂ ਬੇਸ਼ੱਕ ਜਾਓ ਇਹੋ ਜੇ ਆਪਣੇ ਘਰਾਂ ਦੇ ਮਰੇ ਹੁੰਦੇ ਤਾਂ ਪਤਾ ਲੱਗਣਾ ਹੈ ਵੀ ਮਰੇ ਦਾ ਮੁੱਲ ਕੀ ਪੈਂਦਾ ਅੱਜ ਸਾਰੇ ਦੇ ਸਾਰੇ ਪਤਵੰਤੇ ਸੱਜਣ ਜਿਹੜੇ ਨਿਗਾਸਨ ਤਹਿਸੀਲ ਦੇ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਨੇ ਇਹਨਾਂ ਮਤਾਂ ਪਾਸ ਕੀਤਾ ਹੈ ਵੀ ਅੱਜ ਤੋਂ ਬਾਅਦ ਕੋਈ ਵੀ ਜੀ ਸਾਡੇ ਪਰਿਵਾਰ ਦਾ ਸਾਡੀ ਸਿੱਖ ਕੌਮ ਦਾ ਅਗਰ ਮਿਸ਼ਰਾ ਦੇ ਪਰਿਵਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਭਾਵੇਂ ਵਪਾਰਿਕ ਅਤੇ ਭਾਵੇਂ ਸਮਾਜਿਕ ਅਗਰ ਉਹਦੇ ਨਾਲ ਰੱਖਦਾ ਹੈ ਤਾਂ ਸਾਡਾ ਪੂਰੇ ਦਾ ਪੂਰਾ ਸਿੱਖ ਸਮਾਜ ਜਿਹੜਾ ਉਹਨਾਂ ਦਾ ਬਾਈਕਾਟ ਕਰੇਗਾ ਉਹਨਾਂ ਦਾ ਸੋਸ਼ਲ ਬਾਈਕਾਟ ਹੋਏਗਾ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਜਾਏਗਾ ਅਗਰ ਇਸ ਤੋਂ ਬਾਅਦ ਵੀ ਉਹਨਾਂ ਇਕੱਲਿਆਂ ਇਕੱਲਿਆਂ ਨੇ ਜਾ ਕੇ ਵਰਤਣਾ ਅਤੇ ਜੀ ਸੱਦ ਕੇ ਜਿੰਨਾ ਮਰਜ਼ੀ ਜਾ ਕੇ ਵਰਤਣ ਇਹ ਅੱਜ ਦੀ ਸਾਡੀ ਮੀਟਿੰਗ ਦਾ ਏਜੰਡਾ ਹੈ ਇਹ ਇਸ ਕਰਕੇ ਬਣਾਇਆ ਗਿਆ ਕਿ ਘਰ ਘਰ ਜਾ ਕੇ ਨਹੀਂ ਦੱਸ ਸਕਦੇ ਹਾਲੀ ਉਹਨੇ 3 ਵਜੇ ਦਾ ਸਮਾਂ ਦਿੱਤਾ ਹੈ ਅਸੀਂ ਆਹ ਵੀਡੀਓ ਹੁਣ ਜਿਹੜੀ ਬਣਾਉਣ ਦਏ ਹਾਂ ਹਾਲੀ ਕਰੀਬ 1:15 ਹੋਇਆ ਹੈ ਅਤੇ ਮੈਨੂੰ ਉਮੀਦ ਹੈ ਭਈ 2 ਵਜੇ ਤੱਕ ਹਰ ਬੰਦੇ ਦੇ ਘਰ 'ਚ ਪਹੁੰਚ ਜਾਣੀ ਹੈ ਅਗਰ ਉਸ ਤੋਂ ਬਾਅਦ ਵੀ 3 ਵਜੇ ਕੋਈ ਉੱਥੇ ਜਾਂਦਾ ਹੈ ਅਤੇ ਫਿਰ ਸਾਡੇ ਸਮਾਜ ਦੇ ਨਾਲ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਰਹੇਗਾ ਇਹ ਸਾਰਿਆਂ ਲਈ ਇੱਕ ਸਾਡੀ ਰਿਕੁਐਸਟ ਹੈ ਸਾਡੀ ਬੇਨਤੀ ਹੈ ਵੀ ਸਾਰੇ ਭਰਾ ਜਿਹੜੇ ਨੇ ਜਿਹੜੇ ਵੀ ਕਿਸਾਨ ਭਰਾ ਜਿੱਥੇ ਜਿੱਥੇ ਵੀ ਬੈਠੇ ਨੇ ਇਹਨੂੰ ਇੱਕ ਆਪਣੇ ਭਰਾਵਾਂ ਦਾ ਸੁਨੇਹਾ ਸਮਝਣ ਅਤੇ ਇਹਦੇ ਉੱਤੇ ਸਾਰੇ ਅਮਲ ਕਰਨ ਸਾਰੇ ਭਰਾਵਾਂ ਨੂੰ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਸਾਰੇ ਮੇਰੇ ਸਿੱਖ ਸਮਾਜ ਨੂੰ ਇਹ ਇੱਕ ਅਪੀਲ ਹੈ ਕਿ ਆਪਾਂ ਇਸ